ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਸਟੈਪਿੰਗ ਸਟones ਪੰਜਾਬੀ ਰੀਡਰ 7A 2019 ਐਡੀਸ਼ਨ ਲੈਸਨ ਸੱਤ ਵਿੱਚ ਤੁਹਾਨੂੰ ਜੀ ਆਇਆਂ ਨੂੰ ਅੱਜ ਅਸੀਂ ਇੱਕ ਬਹੁਤ ਪਿਆਰੀ ਸਾਖੀ ਪੜਾਂਗੇ ਅਸੀਂ ਇਹਦੇ ਨਾਲ ਦੀ ਸਾਖੀ ਪਿਛਲੇ ਹਫਤੇ ਵੀ ਪੜੀ ਸੀ ਗੁਰੂ ਨਾਨਕ ਦੇਵ ਜੀ ਅਤੇ ਬਗਦਾਦ ਦੇ ਬਹਿਲੋਲ ਸ਼ਾਹ ਦੇ ਪ੍ਰਸ਼ਨ ਨੰਬਰ 1 ਪੜਿਆ ਸੀ ਅਸੀਂ ਤੇ ਇਹ ਸਾਖੀ ਸੰਤ ਸਿੰਘ ਮਸਕੀਨ ਜੀ ਦੀ ਕਥਾ ਤੇ ਅਧਾਰਤ ਹੈ ਮੈਂ ਜਦੋਂ ਉਹਨਾਂ ਦੀ ਇੱਕ ਕਥਾ ਸੁਣੀ ਤੇ ਮੈਨੂੰ ਬਹੁਤ ਅੱਛੀ ਲੱਗੀ ਬਹੁਤ ਚੰਗੀ ਲੱਗੀ ਤੇ ਮੈਂ ਫਿਰ ਇਹ ਸਾਖੀ ਨੂੰ ਆਪਜੀ ਵਾਸਤੇ ਲਿਖਿਆ ਪੀਰ ਦਸਤਗੀਰ ਦਾ ਪਹਿਲਾ ਪ੍ਰਸ਼ਨ ਸੀ ਕਿ ਖੁਦਾ ਤੋਂ ਪਹਿਲਾਂ ਕੀ ਸੀ ਜਦ ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਸਮਝਾਇਆ ਖੁਦਾ ਤੋਂ ਪਹਿਲਾਂ ਕੁਝ ਨਹੀਂ ਉਸ ਦਾ ਸਿਰ ਗੁਰੂ ਜੀ ਅੱਗੇ ਝੁਕ ਗਿਆ ਉਹ ਹੁਣ ਦੂਸਰੇ ਸਵਾਲ ਦਾ ਜਵਾਬ ਜਾਨਣਾ ਚਾਹੁੰਦਾ ਸੀ ਅੱਛਾ ਫਕੀਰ ਜੀ ਮੇਰਾ ਦੂਸਰਾ ਸਵਾਲ ਹੈ ਕਿ ਖੁਦਾ ਰਹਿੰਦਾ ਕਿੱਥੇ ਹੈ ਗੁਰੂ ਜੀ ਨੇ ਗੁਰੂ ਜੀ 1 ਮਿੰਟ ਚੁੱਪ ਕਰ ਗਏ ਫਿਰ ਬੋਲੇ ਪੀਰ ਜੀ ਇੱਕ ਕਟੋਰਾ ਦੁੱਧ ਦਾ ਮੰਗਾਓ ਪੀਰ ਦਸਤ ਘਿਰਨੇ ਸੋਚਿਆ ਕਿ ਫਕੀਰ ਭੁੱਖਾ ਹੈ ਉਸਨੇ ਇੱਕ ਟੋਰਾ ਦੁੱਧ ਮੰਗਾਇਆ ਐ ਲ ਫਕੀਰ ਜੀ ਪੀਓ ਦੁੱਧ ਤੇ ਫਿਰ ਮੇਰੇ ਸਵਾਲ ਦਾ ਜਵਾਬ ਦਿਓ ਗੁਰੂ ਜੀ ਦੁੱਧ ਵੱਲ دیکھتے ਰਹੇ ਪੀਤਾ ਨਹੀਂ ਬਸ دیکھتے ਹੀ ਰਹੇ ਪੀਰ ਦਸਕੀਰ ਨੇ ਸੋਚਿਆ ਕਿ ਸ਼ਾਇਦ ਗੁਰੂ ਜੀ ਨੂੰ ਦੁੱਧ ਦੇ ਸ਼ੁੱਧ ਹੋਣ ਤੇ ਸ਼ੱਕ ਹੈ ਉਸਨੇ ਕਿਹਾ ਫਕੀਰ ਜੀ ਇਹ ਦੁੱਧ ਸ਼ੁੱਧ ਅਤੇ ਪਵਿੱਤਰ ਹੈ ਤੁਸੀਂ ਸ਼ੱਕ ਨਾ ਕਰੋ ਬੇਸ਼ੱਕ ਫਿਕਰ ਬੇਫਿਕਰ ਹੋ ਕੇ ਦੁੱਧ ਪੀਓ ਗੁਰੂ ਜੀ ਬੋਲੇ ਮੈਨੂੰ ਪਤਾ ਹੈ ਇਹ ਦੁੱਧ ਸਾਫ਼ ਹੈ ਪੀਰ ਜੀ ਪਰ ਇਸ ਵਿੱਚ ਕੁਝ ਹੈ ਕੀ ਇਸ ਵਿੱਚ ਮੱਖਣ ਹੈ ਪੀਰ ਤਸ ਤਿਰਕੰਦਾ ਜੀਵ ਕੀ ਜੀ ਇਸ ਦੁੱਧ ਵਿੱਚ ਮੱਖਣ ਹੈ ਦੁੱਧ ਵਿੱਚ ਮੱਖਣ ਹੁੰਦਾ ਹੀ ਹੈ ਗੁਰੂ ਜੀ ਬੋਲੇ ਅੱਛਾ ਜੇ ਦੁੱਧ ਦੀ ਇੱਕ ਇੱਕ ਬੂੰਦ ਵਿੱਚ ਮੱਖਣ ਹੈ ਤਾਂ ਫਿਰ ਦਿਸਦਾ ਕਿਉਂ ਨਹੀਂ ਪੀਰ ਜੀ ਫਕੀਰ ਜੀ ਮੱਖਣ ਦੁੱਧ ਵਿੱਚ ਘੁਲਿਆ ਹੁੰਦਾ ਹੈ ਇਸ ਲਈ ਨਹੀਂ ਦਿਸਦਾ ਪੀਰ ਬੋਲਿਆ ਬਸ ਪੀਰ ਦਸਤਗੀਰ ਜੀ ਇਸੇ ਤਰ੍ਹਾਂ ਹੀ ਖੁਦਾ ਵੀ ਸਾਰੀ ਕੁਦਰਤ ਵਿੱਚ ਇੱਕ ਇੱਕ ਰੇਤ ਦੇ ਦਾਣੇ ਵਿੱਚ ਇੱਕ ਇੱਕ ਪਾਣੀ ਦੀ ਬੂੰਦ ਵਿੱਚ ਇੱਕ ਇੱਕ ਪੱਤੇ ਵਿੱਚ ਇੱਕ ਇੱਕ ਇਨਸਾਨ ਵਿੱਚ ਕੁਲਿਆ ਹੋਇਆ ਹੈ ਦਿਸਦਾ ਨਹੀਂ ਪਰ ਹੈ ਅਸੀਂ ਇਹ ਤਾਂ ਮੰਨ ਜਾਂਦੇ ਹਾਂ ਕਿ ਦੁੱਧ ਵਿੱਚ ਮੱਖਣ ਹੈ ਭਾਵੇਂ ਦਿਸਦਾ ਨਹੀਂ ਪਰ ਇਹ ਨਹੀਂ ਮੰਨਦੇ ਕਿ ਖੁਦਾ ਵੀ ਹੈ ਦਸਤਗੀਰ ਪੀ ਜੀ ਸਾਨੂੰ ਮੰਨਣਾ ਪਵੇਗਾ ਕਿ ਖੁਦਾ ਹੈ ਭਾਵੇਂ ਦਿਸਦਾ ਨਹੀਂ ਬੀਰ ਦਾ ਸਗੀ ਜਾਣ ਗਿਆ ਸੀ ਕਿ ਜਾਣ ਗਿਆ ਕਿ ਗੁਰੂ ਜੀ ਵਿੱਚ ਕੋਈ ਤਰਹਾਨੀ ਤਾਕਤ ਹੈ ਉਹ ਤਾਂ ਸਭ ਰਮਜ਼ਾਂ ਜਾਣਦੇ ਹਨ ਉਹ ਰੱਬ ਦੇ ਨੇੜੇ ਹਨ ਉਸ ਦਾ ਸਿਰਫਿਰ ਗੁਰੂ ਜੀ ਅੱਗੇ ਝੁਕਿਆ ਸੋ ਐਸੀ ਬੜੀ ਪਿਆਰੀ ਸਾਖੀ ਇਹਦੇ ਵਿੱਚ ਸਿਰਫ 335 ਸ਼ਬਦ ਨੇ ਜੇ ਤੁਸੀਂ 70 ਸ਼ਬਦ ਪਰ ਮਿੰਟ ਪੜ ਸਕਦੇ ਹੋ ਤੇ ਤੁਹਾਨੂੰ ਇਹ ਸਾਖੀ ਪੜਨ ਵਿੱਚ 4-5 ਮਿੰਟ ਤਕਰੀਬ ਲੱਗਣਗੇ ਠੀਕ ਹੈ ਤੇ ਅੱਜ ਤੱਕ ਗ੍ਰਾਮਰ ਲੈਸਨ ਥੋੜਾ ਕੰਪਲਿਕੇਟਿਡ ਹੈ ਪੰਜਾਬੀ ਨੂੰ ਟੋਨਲ ਲੈਂਗੁਏਜ ਕਹਿੰਦੇ ਨੇ ਇਹਦਾ ਮਤਲਬ ਇਹ ਹੈ ਕਿ ਪੰਜਾਬੀ ਦੇ ਅੱਖਰਾਂ ਦੀ ਆਵਾਜ਼ ਤਾਂ ਹੈ ਹੀ ਹੈ ਪਰ ਕਈ ਅੱਖਰਾਂ ਦੇ ਵਿੱਚ ਟੋਨ ਵੀ ਹੁੰਦੀ ਹੈ ਉੱਚੀ ਟੋਨ ਜਾਂ ਥੱਲੇ ਵਾਲੀ ਟੋਨ ਠੀਕ ਹੈ ਜਿਹਦੇ ਵਿੱਚ ਉਹ ਦੇ ਸ਼ਬਦਾਂ ਦਾ ਮਤਲਬ ਦਾ ਫਰਕ ਵੀ ਪੈ ਸਕਦਾ ਹੈ ਤੇ ਉਹਦੇ ਬੋਲਣ ਦਾ ਫਰਕ ਵੀ ਪੈਂਦਾ ਠੀਕ ਹੈ ਸੋ ਇਹ ਲੈਸਨ ਅਸੀਂ ਸਿੱਖਾਂਗੇ ਥਰ ਆ 5 ਟੋਨਲ ਲੈਟਰਸ ਇਨ ਗੁਰਮੁਖੀ ਸਕ੍ਰਿਪਟ ਪੰਜਾਬੀ ਲੈਂਗੁਏਜ ਥੈਟ ਮੇਕ ਟੂ ਡਿਫਰੈਂਟ ਸਾਊਂਡਸ ਡਿਪੈਂਡਿੰਗ ਔਨ ਵੇਅਰ ਥੇ ਆਰ ਪਲੇਸਡ ਇਨ ਦਾ ਵਰਡ They make a different sound if they come in the beginning and different sound when they are used in the middle or end of a word. Let's see some examples. Here's the letter, letter name. Here is the sound of the of the, the letter. Here are some examples, and here are the words. <clears throat> Kaga. So Kaga makes two sounds, ka and g. So it makes a sound ka plus a. When we use in kar, beginning of the word, kar. See, we don't say kar, we say kar, kar, kat, kulea. Théke? You hear the tone, that's called the tone. When I'm saying the kar sound, but with the uh in there, kaga, it can make a sound kar plus ga, but when it comes at the end or middle, it makes a sound ga. For example, gaga in sing or ping, g. Thicke? again you hear the tone and the gaga sound next letter is chajja chajja makes two sounds ch and h ch when it comes at the beginning of a word for example chalak chalak is a glimpse and challa challa means silly Thicke? when chajja comes in the middle or end of a word it makes the sound j like in koja. koji, koji. that means ugly and kuj means some Right? Tada. This letter makes the sounds t and d, t plus a when it's used in the beginning. Like in tol, you don't say tol, you say tol, toli with the a tone in there. Then when tada comes at the end, it makes a sound d but little tone in there, gunda, gunde, with a in there. Makes two sounds, pur and bur. It comes in the beginning. Then it says pur, uh, right? Like in par, paj, pami. When it comes at the end, it makes a sound bur with r uh, in there, like sab, khamb. take okay? If it was baba, will say sab, but baba will say sab r. Uh. Tada. Tada, has no equivalent sounds in English. It makes a sound th and the as in taram. And Tarti and Dada as in Dud and Sud. So it's good to learn these sounds so that you can speak pure Punjabi, you can read better Punjabi, and you can write better Punjabi. You will not make spelling mistakes then. Now, questions and answers. You can write at home or you can write in class if you have time, depending on what your teacher says. ਹੇ ਤਾਂ ਲਿਖੇ ਪ੍ਰਸ਼ਨਾਂ ਦੇ ਠੀਕ ਜਵਾਬ ਲਿਖੋ ਜਵਾਬ ਆਲਸੋ ਮੀਨਸ ਉੱਤਰ ਠੀਕ ਹੈ ਗੁਰੂ ਨਾਨਕ ਦੇਵ ਜੀ ਨੇ ਖੁਦਾ ਕਿੱਥੇ ਰਹਿੰਦਾ ਹੈ ਦਾ ਕੀ ਜਵਾਬ ਦਿੱਤਾ ਜੋ ਯੂ ਰਿਮੈਂਬਰ ਗੁਰੂ ਜੀ ਨੇ ਕਿਹਾ ਸੀ ਕਿ ਖੁਦਾ ਰੇਤ ਦੇ ਇੱਕ ਇੱਕ ਕਿਣਕੇ ਵਿੱਚ ਦਾਣੇ ਵਿੱਚ ਇੱਕ ਇੱਕ ਪਾਣੀ ਦੀ ਬੂੰਦ ਵਿੱਚ ਇੱਕ ਇੱਕ ਪੱਤੇ ਵਿੱਚ ਇੱਕ ਇੱਕ ਇਨਸਾਨ ਵਿੱਚ ਰਹਿੰਦਾ ਸੋ ਗੁਰੂ ਜੀ ਨੇ ਇਹ ਕਿਹਾ ਸੀ ਕਿ ਖੁਦਾ ਹਰ ਥਾਂ ਦੇ ਰਹਿੰਦਾ ਹਰ ਚੀਜ਼ ਵਿੱਚ ਰਹਿੰਦਾ ਇਸ ਸਾਕੇ ਵਿੱਚੋਂ ਸਾਨੂੰ ਕੀ ਸਨੇਹਾ ਮਿਲਦਾ ਹੈ ਜੇ ਅਸੀਂ ਸੋਚੀਏ ਕਿ ਖੁਦਾ ਹਰ ਥਾਂ ਤੇ ਹਰ ਚੀਜ਼ ਵਿੱਚ ਰਹਿੰਦਾ ਹੈ ਤਾਂ ਤੁਹਾਨੂੰ ਕੀ ਲੱਗਦਾ ਕਿ ਅਸੀਂ ਹਰ ਚੀਜ਼ ਨੂੰ ਕਿਸ ਤਰ੍ਹਾਂ ਟ੍ਰੀਟ ਕਰਾਂਗੇ ਜੇ ਸਾਨੂੰ ਪਤਾ ਹੈ ਕਿ ਪਾਣੀ ਵਿੱਚ ਵੀ ਰੱਬ ਹੈ ਤਾਂ ਅਸੀਂ ਪਾਣੀ ਨੂੰ ਵੇਸਟ ਕਰਾਂਗੇ ਨਹੀਂ ਵੇਸਟ ਕਰਾਂਗੇ ਜੇ ਸਾਨੂੰ ਪਤਾ ਹੈ ਕਿ ਰੱਬ ਜਾਨਵਰਾਂ ਵਿੱਚ ਵੀ ਹੈ ਤਾਂ ਕੀ ਅਸੀਂ ਜਾਨਵਰਾਂ ਨੂੰ ਹਰਟ ਕਰਾਂਗੇ ਨਹੀਂ ਕਰਾਂਗੇ ਜੇ ਸਾਨੂੰ ਪਤਾ ਹੋਏ ਕਿ ਦਰਖਤਾਂ ਦੇ ਵਿੱਚ ਵੀ ਬੂਟੀਆਂ ਦੇ ਵਿੱਚ ਵੀ ਸਾਰੀਆਂ ਚੀਜ਼ਾਂ ਦੇ ਵਿੱਚ ਰੱਬ ਹੈ ਤਾਂ ਸਿ ਉਹਨਾਂ ਦਾ ਖਿਆਲ ਕਰਾਂਗੇ ਤੇ ਇਹ ਦਿਨ ਸਾਡੀ ਨੇਚਰ ਕਿੰਨੀ ਸੋਹਣੀ ਬਣ ਜਾਏਗੀ ਠੀਕ ਹੈ ਜੇ ਸਾਨੂੰ ਪਤਾ ਹੈ ਕਿ ਹਰ ਇਨਸਾਨ ਦੇ ਵਿੱਚ ਵੀ ਰੱਬ ਹੈ ਤਾਂ ਕੀ ਅਸੀਂ ਕਿਸੇ ਇਨਸਾਨ ਨੂੰ ਦੁੱਖ ਦੇਵਾਂਗੇ ਭਾਵੇਂ ਉਹ ਕਿਸੇ ਜਾਤ ਦੇ ਹੋਣ ਭਾਵੇਂ ਉਹ ਕੋਈ ਬੋਲੀ ਬੋਲਦੇ ਹੋਣ ਕਿਸੇ ਰੰਗ ਦੇ ਹੋਣ ਰਾਈਟ ਅਸੀਂ ਸਭ ਨਾਲ ਧਿਆਨ ਨਾਲ ਰਾਵਾਂਗੇ ਪਿਆਰ ਨਾਲ ਰਾਵਾਂਗੇ ਠੀਕ ਹੈ ਕਿਸੇ ਨੂੰ ਦੁੱਖ ਨਹੀਂ ਦੇਵਾਂਗੇ ਜਦ ਗੁਰੂ ਨਾਨਕ ਦੇਵ ਜੀ ਵਿਟੋਰੇ ਵਿੱਚ ਦੁੱਧ ਨੂੰ ਦੇਖਦੇ ਰਹੇ ਪਰ ਪੀਤਾ ਨਹੀਂ ਤਾਂ ਪੀਰ ਨੇ ਕੀ ਸੋਚਿਆ ਰਿਮੈਂਬਰ ਪੀਰ ਨੇ ਸੋਚਿਆ ਕਿ ਫਕੀਰ ਜੀ ਨੂੰ ਆ ਨਾਨਕ ਜੀ ਨੂੰ ਸ਼ੱਕ ਹੈ ਕਿ ਦੁੱਧ ਸਾਫ਼ ਹੈ ਕਿ ਨਹੀਂ ਹੈ ਦੁੱਧ ਵਿੱਚ ਮੱਖਣ ਕਿਉਂ ਨਹੀਂ ਦਿਸਦਾ ਦੁੱਧ ਵਿੱਚ ਮੱਖਣ ਇਸ ਲਈ ਨਹੀਂ ਦਿਸਦਾ ਕਿਉਂਕਿ ਉਹ ਕੁលਿਆ ਹੁੰਦਾ ਹੈ ਰਾਈਟ ਗੁਰੂ ਜੀ ਨੇ ਦੁੱਧ ਦੇ ਮੱਖਣ ਵਿੱਚ ਅਧ ਰਬ ਦੀ ਵਿੱਚ ਕੀ ਸਮਾਨਤਾ ਦੱਸੀ ਜਿਸ ਤਰ੍ਹਾਂ ਦੁੱਧ ਦੇ ਵਿੱਚ ਮੱਖਣ ਕੁលਿਆ ਹੁੰਦਾ ਹੈ ਇਸ ਤਰ੍ਹਾਂ ਹੀ ਸਾਰੇ ਕੁਦਰਤ ਦੇ ਵਿੱਚ ਸਭ ਦੇ ਵਿੱਚ ਰੱਬ ਕੋ ਲਿਆ ਹੁੰਦਾ ਹੈ ਇਸ ਪਾਠ ਦੇ ਵਿੱਚ ਤੁਸੀਂ ਇੱਕ ਜਰਨਲ ਲਿਖੋਗੇ ਤੁਹਾਡੇ ਪੇਜ 8 ਤੇ 20 22 ਤੇ 23 ਟਾਪਿਕ ਲਿਖੇ ਨੇ ਤੁਸੀਂ ਉਹਨਾਂ ਚੋਂ ਕੋਈ ਵੀ ਟਾਪਿਕ ਚੁਣ ਕੇ ਤੇ ਇੱਕ ਜਰਨਲ ਲਿਖੋਗੇ 6-7 ਸੈਂਟੈਂਸ ਲਿਖੋਗੇ ਇਹਦੇ ਨਾਲ ਤੁਹਾਨੂੰ ਬੋਲਣਾ ਆਏਗਾ ਪੜ੍ਹਨਾ ਆਏਗਾ ਲਿਖਣਾ ਆਏਗਾ ਤੇ ਇਹੀ ਸਾਡਾ ਪਰਪਸ ਹੈ ਕਿ ਤੁਸੀਂ ਆਪਣੀ ਪੰਜਾਬੀ ਦੀ ਰੀਡਿੰਗ ਰਾਈਟਿੰਗ ਨੂੰ ਇੰਪਰੂਵ ਕਰ ਸਕੋ ਠੀਕ ਹੈ ਸੋ ਅੱਜ ਦਾ ਪਾਠ ਇੰਨਾ ਹੀ ਹੈ ਆਪਾਂ ਅਗਲੇ ਪਾਠ ਵਿੱਚ ਫਿਰ ਮਿਲਦੇ ਹਾਂ ਅੰਟਿਲ ਦੈਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ